ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਲੇਟੈਸਟ ਕਲੈਕਸ਼ਨ ਕੋਟਨ ਦੇ ਵਿੱਚ ਚੀਜ਼ਾਂ ਮੇਰੇ ਕੋਲ ਨਵੀਆਂ ਆਈਆਂ ਨੇ। ਬਾਕੀ ਤਾਂ ਬਹੁਤ ਕੁਛ ਆ ਰਿਹਾ, ਪਾਰਟੀ ਵੇਅਰ ਵੀ ਆ ਰਿਹਾ, ਪਰ ਥੋੜ੍ਹੀ ਜਿਹੀ ਕੋਟਨ ਦੀ ਡਿਮਾਂਡ ਜ਼ਿਆਦਾ ਸੀ, ਇਸ ਕਰਕੇ ਮੈਂ ਚਲੋ ਅੱਜ ਕੋਟਨ ਦੀ ਵੀਡੀਓ ਹੋਰ ਪਾ ਦਿੰਦੇ ਹਾਂ ਇੱਕ। ਇਹ ਸਾਰੇ ਹੀ ਤੁਹਾਨੂੰ ਐਕਸਕਲੂਸਿਵ ਪੀਸ ਦਿਖਾਵਾਂਗੇ, ਨਵੇਂ ਆਰਟੀਕਲ ਨੇ, ਪਿਓਰ ਕੋਟਨ ਹੈ, ਲਗਜ਼ਰੀ ਕੋਟਨ ਦੇ ਵਿੱਚ ਨੇ, ਮਸਲੀਨ ਹੈ, ਮੋਡਾਲ ਹੈ, ਰਿਓਨ ਕੋਟਨ ਦੇ ਵਿੱਚ ਨੇ। ਮਤਲਬ ਕੁਛ ਲਾਈਨਿੰਗ ਵਾਲੇ ਨੇ, ਕੁਛ ਲਾਈਨਿੰਗ ਤੋਂ ਬਿਨਾਂ ਬਣਨਗੇ, ਤੁਹਾਨੂੰ ਨਾਲ ਨਾਲ ਦੱਸੀ ਚੱਲਾਂਗਾ ਕਿ ਇਹਦੇ ਨੀਚੇ ਲਾਈਨਿੰਗ ਲੱਗੇਗੀ, ਇਹਦੇ ਨੀਚੇ ਲਾਈਨਿੰਗ ਨਹੀਂ ਲੱਗੇਗੀ। ਇਹ ਤੁਹਾਡੀ ਮਰਜ਼ੀ, ਤੁਸੀਂ ਨੀਚੇ ਫੈਬਰਿਕ ਪੈਂਟ ਪਲਾਜ਼ੋ ਕੁਛ ਵੀ ਸਟਿਚ ਕਰਾ ਸਕਦੇ ਹੋ, ਅਤੇ ਤਕਰੀਬਨ ਪੀਸ ਉਹੀ 20 ਦੇ ਆਸ ਪਾਸ ਆਉਣਗੇ। ਹਰ ਕਿਸੇ ਦੇ ਵਿੱਚ ਦੋ ਦੋ ਕਲਰ ਨੇ, ਕਿਸੇ 'ਚ ਸਿੰਗਲ ਸਿੰਗਲ ਕਲਰ ਨੇ। ਅਤੇ ਬੁਕਿੰਗ ਵਾਸਤੇ ਅਸੀਂ 3 ਨੰਬਰ ਉਹੀ ਸ਼ੋਅ ਕਰਦੇ ਹਾਂ ਹਮੇਸ਼ਾ। ਇਹ 3 ਨੰਬਰ ਨੇ ਸਾਡੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਸੀਂ ਜੋ ਵੀ ਪਸੰਦ ਕਰਦੇ ਹੋ, ਤੁਹਾਨੂੰ ਜੋ ਵੀ ਚੀਜ਼ ਪਸੰਦ ਆਉਂਦੀ ਹੈ, ਤੁਸੀਂ ਇਹਨਾਂ 3 ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਨੰਬਰਾਂ 'ਤੇ ਹੀ ਪਿੱਕ ਭੇਜਿਆ ਕਰੋ, 1 ਨੰਬਰ, 2 ਨੰਬਰ, 3 ਨੰਬਰ, ਕਈ ਵਾਰ 1 ਬੀਜ਼ੀ ਦੂਜੇ 'ਤੇ ਭੇਜਦਿਆ ਕਰੋ, ਦੂਜਾ ਬੀਜ਼ੀ ਤਾਂ ਤੀਜੇ 'ਤੇ ਭੇਜਦਿਆ ਕਰੋ, ਠੀਕ ਹੈ ਜੀ। ਅਤੇ ਸ਼ਿਪਮੈਂਟ ਤੁਸੀਂ ਇੰਡੀਆ 'ਚ ਮੰਗਾਉਣੀ ਚਾਹੁੰਦੇ ਹੋ ਉੱਥੇ ਵੀ ਅਸੀਂ ਭੇਜ ਦਿਆਂਗੇ, ਅਗਰ ਤੁਸੀਂ ਆਊਟ ਆਫ ਇੰਡੀਆ ਮੰਗਾਉਣੀ ਚਾਹੁੰਦੇ ਹੋ ਉੱਥੇ ਵੀ ਭੇਜ ਦਿਆਂਗੇ। ਅਗਰ ਤੁਸੀਂ ਸਟਿਚਿੰਗ ਕਰਾਉਣੇ ਆ, ਸਾਡੇ ਕੋਲ ਸਟਿਚਿੰਗ ਦਾ ਵੀ ਅਰੇਂਜਮੈਂਟ ਬਹੁਤ ਵਧੀਆ ਹੈਗਾ, ਟੇਲਰ ਆਪਣੇ ਕੋਲ ਬਹੁਤ ਅੱਛੇ ਨੇ, ਅੰਦਰ ਹੀ ਬੈਠੇ ਨੇ। ਉਹ ਸਟਿਚਿੰਗ ਦੇ ਵਿੱਚ ਤੁਹਾਨੂੰ ਪਾਈਪਿੰਗ, ਪੇਸਟਿੰਗ, ਜਿੱਪਰ, ਪਿੱਛੇ ਲਟਕਣ ਵਗੈਰਾ ਡੋਰੀ ਪਾ ਕੇ ਬਹੁਤ ਵਧੀਆ ਫਿਨਿਸ਼ਿੰਗ ਦੇ ਵਿੱਚ ਅਸੀਂ ਸਟਿਚ ਕਰਾ ਕੇ ਦਿੰਦੇ ਹਾਂ, ਅਗਰ ਤੁਸੀਂ ਸਟਿਚ ਕਰਾਉਣੇ ਹੋਣਗੇ ਆਪਣੇ ਕੋਲ ਵੀ ਅਰੇਂਜਮੈਂਟ ਹੈਗਾ। ਬਾਕੀ ਤੁਹਾਨੂੰ ਵੀਡੀਓ ਸ਼ੁਰੂ ਕਰ ਰਹੇ ਹਾਂ ਬੇਟੇ। ਫਸਟ ਪੀਸ ਦਿਖਾਓ, ਡੰਮੀ 'ਤੇ ਪੀਸ ਪਾਇਆ ਉਹਦੇ 'ਚ ਹੀ, ਫਸਟ ਪੀਸ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ, ਚੱਕ ਲੈਣਾ ਉੱਪਰੋਂ। ਉਹ ਬਲੂ ਕਲਰ ਹੈ, ਇਹ ਮੈਰੂਨ ਕਲਰ ਦੇ ਵਿੱਚ ਹੈ, ਇਹ ਡਾਬੂ ਪ੍ਰਿੰਟ ਹੈ ਜੀ, ਡਾਬੂ ਪ੍ਰਿੰਟ ਬੋਲਦੇ ਨੂੰ, ਤੁਸੀਂ ਨਾਮ ਸੁਣਿਆ ਹੋਊਗਾ ਨੈੱਟ 'ਤੇ, ਦੇਖਿਆ ਵੀ ਉਹ ਕਈਆਂ ਨੇ, ਕੁੜੀਆਂ ਨੂੰ ਪਤਾ ਹੁੰਦਾ ਇਸ ਚੀਜ਼ ਬਾਰੇ। ਇਹ ਡਾਬੂ ਪ੍ਰਿੰਟ ਹੈ, ਨੀਚੇ ਦੇਖੋ ਪਹਿਲਾਂ ਪ੍ਰਿੰਟਿੰਗ ਉੱਤੇ ਐਮਬਰਾਇਡਰੀ ਹੈ ਸਾਰੀ, ਇਹ ਕੋਟਨ ਦਾ ਬੇਸ ਹੈ, ਮਤਲਬ ਬਹੁਤ ਫਾਈਨ ਬੇਸ ਹੈ ਕੋਟਨ ਦਾ, ਇਹਨੂੰ ਤੁਸੀਂ ਲਾਈਨਿੰਗ ਤੋਂ ਬਿਨਾਂ ਸਟਿਚ ਕਰਾ ਸਕਦੇ ਹੋ। ਮਤਲਬ ਜੀ ਬਹੁਤ ਮਤਲਬ ਫਾਈਨ ਕੱਪੜਾ ਵਾ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਨੀਚੇ ਪਹਿਲਾਂ ਪ੍ਰਿੰਟ ਉੱਤੇ ਐਮਬਰਾਇਡਰੀ ਹੈ, ਫਿਰ ਲੇਸਿਸ ਦੇ ਦੋ ਜੁਆਇੰਟ ਨੇ, ਫਿਰ ਇੱਕ ਔਰਗੈਂਜ਼ਾ ਦੀ ਪੱਟੀ ਦਿੱਤੀ ਹੈ, ਫਿਰ ਇੱਕ ਐਮਬਰਾਇਡਰੀ ਦਾ ਬਾਰਡਰ ਆ ਗਿਆ, ਫਿਰ ਪ੍ਰਿੰਟਿੰਗ, ਫਿਰ ਐਮਬਰਾਇਡਰੀ, ਫਿਰ ਪੈਨਲ ਦੇ ਕੇ ਲੇਸਿਸ ਦੇ ਨਾਲ ਪੈਨਲ ਸੈੱਟ ਕੀਤਾ ਆ। ਨੈਕ ਤੁਸੀਂ ਆਪਣੀ ਮਰਜ਼ੀ ਨਾਲ ਬਣਾਉਣਾ, ਲਗਜ਼ਰੀ ਕੋਟਨ ਦੀ ਬੋਟਮ ਹੈ, ਇਹਦੇ ਨੀਚੇ ਵੀ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ, ਟਰਾਂਸਪੇਰੈਂਟ ਨਹੀਂ ਹੈ ਕੱਪੜਾ, ਮਤਲਬ ਤੁਸੀਂ ਪੈਂਟ ਪਲਾਜ਼ੋ ਜੋ ਵੀ ਬਣਾਉਣਾ ਇਹਨੂੰ ਇੱਦਾਂ ਹੀ ਸਟਿਚ ਕਰਾ ਸਕਦੇ ਹਾਂ। ਸ਼ਰਟ ਦਾ ਵੀ ਕੱਪੜਾ ਟਰਾਂਸਪੇਰੈਂਟ ਨਹੀਂ ਹੈਗਾ, ਲਾਈਨਿੰਗ ਤੋਂ ਬਿਨਾਂ ਆਪਾਂ ਇਹਨੂੰ ਪਾ ਸਕਦੇ ਹਾਂ। ਦੇਖੋ ਜੀ, ਅਗਰ ਲਾਈਨਿੰਗ ਲੱਗੇਗੀ ਤੁਹਾਨੂੰ ਦੱਸ ਦਿਆਂਗੇ, ਠੀਕ ਹੈ ਨਾ। ਅਤੇ ਇਹ ਨਾਲ ਦੁਪੱਟਾ ਆਏਗਾ, ਦੁਪੱਟਾ ਨਾਲ ਆਏਗਾ, ਅਤੇ ਮਲਸ ਕੋਟਨ ਦਾ ਬਹੁਤ ਹੀ ਫਾਈਨ ਫੈਬਰਿਕ ਹੁੰਦਾ, ਇੱਕਦਮ ਮਤਲਬ ਜਿਵੇਂ ਗਲੇ 'ਚ ਪਾਇਆ ਪਤਾ ਨਹੀਂ ਲੱਗਦਾ ਕੱਪੜਾ ਪਾਇਆ ਕਿ ਨਹੀਂ ਪਾਇਆ, ਇੱਕਦਮ ਸੋਫਟ ਕੱਪੜਾ ਹੁੰਦਾ। ਆਈਟਮ ਨੰਬਰ 1 ਹੈ ਅਤੇ ਪ੍ਰਾਈਜ਼ ਪਏਗਾ ਇਹਦਾ 2510 ਰੁਪਈਏ। ਬੰਦ ਕਰ ਦੇ ਜਾਂ ਪੱਖਾ ਬੰਦ ਕਰ ਦੇ, ਚੀਜ਼ ਬੰਦ ਕਰ ਦੇ। ਅਤੇ ਦੂਜਾ ਕਲਰ ਹੈਗਾ ਜੀ ਇਹ 'ਚ ਬਲੂ, ਉਹ ਮੈਰੂਨ ਸ਼ਰਟ ਸੀ, ਨੀਚੇ ਮੈਰੂਨ ਬੋਟਮ ਆ ਗਈ, ਬਲੂ ਸ਼ਰਟ ਹੈ, ਬਲੂ ਬੋਟਮ, ਦੁਪੱਟਾ ਹੋਈ ਸਕਿਨ ਕਲਰ ਦਾ। 1 ਨੰਬਰ ਆਈਟਮ 2510 ਪਿਓਰ ਕੋਟਨ ਦੇ ਉੱਤੇ ਡਾਬੂ ਪ੍ਰਿੰਟਸ ਦੇ ਵਿੱਚ। ਲਓ ਜੀ, ਨੈਕਸਟ ਆਰਟੀਕਲ ਆਏਗਾ ਤੁਹਾਨੂੰ ਇਹ, ਇਹ ਜਿਵੇਂ ਖਾਦੀ ਆਉਂਦੀ ਸੀ ਨਾ ਪਹਿਲਾਂ, ਹੈਂਡਲੂਮ ਬੇਸ ਆਉਂਦੇ ਸੀਗੇ, ਇਹ ਹੁਣ ਮਤਲਬ ਹੈਂਡਲੂਮ ਥੋੜ੍ਹੇ ਜਿਹੇ ਮਤਲਬ ਘੱਟ ਗਏ ਨੇ, ਅਤੇ ਇਹ ਚੀਜ਼ਾਂ ਮਿਲ ਮੇਡ ਦੇ ਵਿੱਚ ਆ ਗਈਆਂ। ਜਿਵੇਂ ਅੱਗੇ ਹੈਂਡਲੂਮ ਹੁੰਦੇ ਸੀ ਖੱਡੀ 'ਤੇ ਬਣਦੇ ਸੀਗੇ, ਹੁਣ ਸਾਰਾ ਇਹ ਪਾਵਰ ਲੂਮ 'ਤੇ ਬਣਨ ਲੱਗ ਗਏ ਨੇ। ਉਹਦੇ 'ਚ ਕੀ ਹੈ ਕਿ ਕੱਪੜੇ ਦੀ ਬਣਦਾ ਜਲਦੀ ਹੈ, ਕੁਆਲਿਟੀ ਵਧੀਆ ਬਣਦੀ ਹੈ, ਖਰਾਬ ਨਹੀਂ ਹੁੰਦਾ ਨਾਲੇ। ਇਹ ਸਾਰੀ ਵੀਵਿੰਗ ਹੈ, ਉਹਦੇ ਉੱਪਰ ਇਸ ਤਰ੍ਹਾਂ ਸਟਾਰ ਬੂਟੀ ਆਏਗੀ ਸੀਕੁਐਂਸ ਦੀ, ਵਿੱਚ ਵਿੱਚ ਪਰਲ ਸੈੱਟ ਕੀਤਾ ਹੋਇਆ। ਬੜੇ ਨੈੱਕ ਦਾ ਹੋ ਜਰਾ, ਨੈੱਕ ਬਹੁਤ ਸੋਹਣਾ, ਬਰੀਕੀ ਦਾ ਕੰਮ ਹੈ ਨੈੱਕ ਉੱਤੇ। ਦੇਖੋ ਹਲਕਾ ਜਿਹਾ ਨੀਚੇ ਨਾ ਪਹਿਲਾਂ ਬੇਸ ਬਣਾਇਆ, ਉਹਦੇ 'ਤੇ ਸੀਕੁਐਂਸ ਦਾ ਕੰਮ ਹੈ।
ਨਾਲ ਨਾਲ ਕੜਦਾਨੇ ਦਾ ਕੰਮ ਹੈ, ਨਾਲ ਨਾਲ ਗ੍ਰੇ ਕਲਰ ਦੇ ਪਰਲਸ ਲੱਗੇ ਨੇ, ਆ ਉੱਪਰ ਲੇਸਿਸ ਦੇ ਫਲਾਵਰ ਨੇ, ਮਤਲਬ ਸਿਰਫ ਹੈ ਕੁੜਤਾ ਪੱਟੀ ਲੈ ਕੇ। ਕੋਟਨ ਦੇ ਵਿੱਚ ਵੀ ਤੁਹਾਨੂੰ ਅਸੀਂ ਐਕਸਕਲੂਸਿਵ ਚੀਜ਼ਾਂ ਦਿੰਦੇ ਹਾਂ। ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਇੰਦਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਇਹ ਨਾਲ ਦੁਪੱਟਾ ਆਏਗਾ, ਦੁਪੱਟੇ 'ਤੇ ਇੱਕ ਤਾਂ ਕੋਟੇ ਦੀਆਂ ਲਾਈਨਾਂ ਆਉਣਗੀਆਂ ਅਤੇ ਉੱਪਰ ਫਲਾਵਰ ਆਉਣਗੇ, ਕੋਰਨਰ 'ਤੇ ਚਾਰੇ ਪਾਸੇ ਲੇਸ ਆਏਗੀ ਇਹਦੇ 'ਚ। ਦੁਪੱਟਾ ਲਾਈਟ ਐਂਡ ਡਾਰਕ ਆ, ਲਾਈਟ ਐਂਡ ਡਾਰਕ ਵਿੱਚ ਮਤਲਬ ਦੋ ਕਲਰ ਨੇ ਜੀ, ਦੋਨੇ ਕਲਰ ਬਹੁਤ ਖੂਬਸੂਰਤ ਨੇ। ਇਹ ਹੈਗਾ ਬਲੂ ਕਲਰ ਜੀ, ਇਹ ਹੈਗਾ ਲਾਈਟ ਜਿਹਾ ਆਪਣਾ ਸੀ ਗ੍ਰੀਨ ਟਾਈਪ ਜਿਹਾ ਕਲਰ, ਲਾਈਟ ਬਲੂ ਕਲਰ ਮਤਲਬ ਗ੍ਰੀਨਿਸ਼ ਦੇ ਉੱਤੇ ਆ। ਆ ਦੇਖੋ ਸਾਰਾ ਕੜਦਾਨਾ ਵੀ ਹੈ, ਪੋਦ ਮੋਤੀ ਵੀ ਲੱਗਿਆ ਹੋਇਆ, ਮਤਲਬ ਕੁੱਲ ਮਿਲਾ ਕੇ ਬਹੁਤ ਪਿਆਰੇ ਆਰਟੀਕਲ ਨੇ। ਇਹ ਵੀ ਲਾਈਨਿੰਗ ਤੋਂ ਬਿਨਾਂ ਤੁਸੀਂ ਬਣਾ ਸਕਦੇ, ਜਿਵੇਂ ਕੁੜੀਆਂ ਨੂੰ ਚਾਹੀਦੇ ਨਾ ਹਲਕੇ ਫੁਲਕੇ ਸੈਮੀ ਫੋਰਮਲ ਜੇ, ਬਾਹਰ ਅੰਦਰ ਹੀ ਪਾ ਸਕਦੇ ਆਪਾਂ ਕੋਟਨ। ਦੋ ਨੰਬਰ ਆਈਟਮ 3240 ਕੋਟਨ ਦਾ ਨਾਲ ਦੁਪੱਟਾ। ਤੁਸੀਂ ਤੀਸਰਾ ਆਰਟੀਕਲ ਆਇਆ ਮੇਰੇ ਕੋਲ ਟੈਕ ਫੈਬ ਦਾ, ਹਾਂ ਇਹੀ ਬਸ 11 ਡਿਜ਼ਾਈਨ ਸੀ ਜਿਹੜੇ, ਇਹ 11 ਡਿਜ਼ਾਈਨ ਸੀਗੇ। ਇਹ ਟੈਕ ਫੈਬ ਬ੍ਰਾਂਡ ਦੀ ਆਈਟਮ ਆਈ ਜੀ ਅਲੀ, ਇਹ ਅਸੀਂ ਹਰ ਸਾਲ ਮਾਲ ਵੇਚਦੇ ਹਾਂ, ਬਹੁਤ ਅੱਛੇ ਪੀਸ ਨੇ। ਦੁਪੱਟਾ ਤੁਹਾਨੂੰ ਦਿਖਾਵਾਂਗੇ ਨਾਲ ਡਿਜ਼ਾਈਨਰ ਦੁਪੱਟਾ। ਦੇਖੋ ਪਹਿਲਾਂ ਪਹਿਲਾਂ ਤਾਂ ਵੀਵਿੰਗ ਦੇ ਵਿੱਚ ਸਾਰਾ ਬੇਸ ਹੈਗਾ, ਠੀਕ ਹੈ ਜੀ ਇਹਦਾ। ਫਿਰ ਉੱਪਰ ਇੰਬਰਾਇਡਰੀ ਆ, ਇੱਕ ਹੋਲਜ਼ ਵਾਲੀ ਬੂਟੀ ਆਏਗੀ, ਇੱਕ ਦੂਜੀ ਇੰਬਰਾਇਡਰੀ ਆ, ਠੀਕ ਹੈ ਜੀ ਇਹਦਾ। ਫਿਰ ਨੀਚੇ ਘੇਰੇ 'ਤੇ ਪੂਰੀ ਹੋਲਜ਼ ਵਾਲੀ ਇੰਬਰਾਇਡਰੀ ਹੈ, ਫਿਰ ਉੱਪਰ ਇਹਦੇ ਰੇਸ਼ਮ ਦਾ ਕੰਮ ਸਾਰਾ, ਇਹੀ ਸੇਮ ਕੰਮ ਨਹੀਂ ਉੱਪਰ ਨੈੱਕ ਉੱਤੇ। ਇਹ ਮਤਲਬ ਪੀਸ ਤੁਹਾਨੂੰ ਦਿਖਾਉਣੇ ਦੋ ਨੇ ਅਤੇ ਆਰਡਰ ਘੱਟੋ ਘੱਟ 15-15 ਆਰਡਰ ਨਿਕਲਦੇ ਨੇ, ਬਹੁਤ ਹੀ ਪਿਆਰਾ ਕੋਨਸੈਪਟ ਹੈ। ਦੇਖੋ ਇਹ ਚੀਜ਼ਾਂ ਸੀਜ਼ਨ ਜੀ ਲੱਭਦੀਆਂ ਜਾ ਕੇ ਜੀ। ਅਮਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਦੀਪਾ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰੀਤੀ ਸਤਿ ਸ਼੍ਰੀ ਅਕਾਲ ਜੀ, ਰਮਨ ਜੀ ਸਤਿ ਸ਼੍ਰੀ ਅਕਾਲ। ਦੁਪੱਟਾ ਆਏਗਾ ਨਾਲ, ਇਹਦੇ ਪਿਓਰ ਸ਼ਿਫੋਨ ਦਾ ਦੁਪੱਟਾ ਵਾ, ਉਹਦੇ 'ਤੇ ਲੈਂਥ ਵਾਲੇ ਪਾਸੇ ਇੰਬਰਾਇਡਰੀ ਹੈ, ਨਾਲ ਨਾਲ ਡਿਜੀਟਲ ਪ੍ਰਿੰਟ ਹੈ ਦੁਪੱਟੇ ਉੱਤੇ। ਆਹ ਦੇਖੋ ਦੁਪੱਟਾ ਕੰਟਰਾਸਟ ਹੈ, ਲੈਮਨ ਪ੍ਰਿੰਟ ਹੈ, ਦੂਜਾ ਕਲਰ ਬਲੂ ਹੈ, ਉਹਦੇ 'ਤੇ ਪੀਚ ਕੰਟਰਾਸਟ ਹੈ, ਇੰਬਰਾਇਡਰੀ ਸੇਮ ਦਿੱਤੀ ਹੋਈ ਹੈ ਦੁਪੱਟੇ ਉੱਤੇ। ਲਓ ਜੀ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਦੋਨੇ ਕਲਰ ਬਹੁਤ ਜ਼ਬਰਦਸਤ ਨੇ। ਇਹ ਲਾਈਨਿੰਗ ਤੁਹਾਨੂੰ ਲਾਉਣੀ ਪਏਗੀ ਸ਼ਰਟ ਥੱਲੇ। ਆਈਟਮ ਨੰਬਰ 3 ਪ੍ਰਾਈਸ ਪਏਗਾ 3870 ਰੁਪਈਏ ਜੀ। ਲਓ ਜੀ ਅਗਲੀ ਆਈਟਮ ਆਈ ਹੈ, ਇਹ ਵੀ ਰਿਪੀਟ ਦੇ ਵਿੱਚ ਆਈਟਮ ਆਈ ਹੈ, ਪਹਿਲਾਂ ਵੀ ਬਹੁਤ ਅੱਛੇ ਆਰਡਰ ਸੀਗੇ, ਪੈਂਡਿੰਗ ਸੀਗਾ, ਵੀ ਇਸ ਕਿਸੇ ਦਾ ਸਾਰੇ ਨਿਕਲ ਗਏ ਸੀ ਇਹ। ਇਹ ਹੋ ਸਕਦਾ ਇੱਕ ਦੋ ਕਸਟਮਰ ਦੇ ਪੀਸ ਆਰਡਰ ਪੈਂਡਿੰਗ ਵੀ ਹੋਣਗੇ। ਇਹ ਪਿਓਰ ਲਿਲਨ ਹੈ ਜੀ, ਮਿਲ ਮਿਡ ਦੇ ਵਿੱਚ, ਇੱਕ ਲਿਲਨ ਹੁੰਦੀ ਹੈਂਡਲੂਮ ਦੀ, ਇਹ ਮਿਲ ਮਿਡ ਦੇ ਵਿੱਚ ਹੈ, ਬਰੀਕ ਬਰੀਕ ਪ੍ਰਿੰਟਿੰਗ ਹੈ ਫਲਾਵਰ, ਉਹਦੇ ਵਿੱਚ ਜੁਆਇੰਟ ਦੇ ਕੇ ਇਸ ਤਰ੍ਹਾਂ ਪੈਨਲ ਟਾਈਪ ਲੇਸਿਸ ਦਾ ਜੁਆਇੰਟ ਦੇ ਕੇ ਨਾ ਪੈਨਲ ਦੀ ਲੁੱਕ ਦਿੱਤੀ ਹੋਈ ਹੈ ਸਾਰੀ। ਦੇਖੋ ਹੁੰਦਾ ਮਤਲਬ ਜੁਆਇੰਟ ਹੀ ਕੀਤਾ ਹੁੰਦਾ ਉੱਤੇ ਦੇ, ਠੀਕ ਹੈ ਜੀ। ਨੀਚੇ ਪੂਰੀ ਇੰਬਰਾਇਡਰੀ ਦਿੱਤੀ ਹੋਈ ਹੈ, ਇਹਦੇ 'ਚ ਚਿਕਨਕਾਰੀ ਟਾਈਪ ਹੋਲਸ ਵਾਲੀ ਇੰਬਰਾਇਡਰੀ ਹੈ, ਉੱਪਰ ਫਿਰ ਕੁੜਤਾ ਪੱਟੀ ਨੈੱਕ ਹੈ, ਮਤਲਬ ਤੁਹਾਨੂੰ ਬੁਟੀਕ ਦੀ ਹੈਡਿੰਗ ਨਹੀਂ ਹੈਗੀ ਆ। ਦੇਖੋ ਸਿੰਪਲ, ਤੁਸੀਂ ਬੁਟੀਕ ਤੋਂ ਸਵਾਓ, ਬੁਟੀਕ ਤੋਂ ਹੀ ਆਪਣੇ ਤੋਂ, ਅਸੀਂ ਨਹੀਂ ਕਹਿੰਦੇ ਸਾਡੇ ਤੋਂ ਸਵਾਓ, ਕਿਉਂਕਿ ਤੁਹਾਨੂੰ ਜਿੱਥੋਂ ਫਿਟਿੰਗ ਵਧੀਆ ਉੱਥੋਂ ਸਵਾਓ, ਬੁਟੀਕ ਨੂੰ ਦਿਓ ਵੀ ਆਪ ਹੀ ਮੇਰਾ ਸਟਿਚ ਕਰਨਾ, ਮਾੜੇ ਮੋਟੇ ਬਟਨ ਲਾ ਦੇ, ਮਾੜੀ ਮੋਟੀ ਪਾਈਪਿੰਗ ਲਾ ਦੇ, ਮੈਂ ਤੁਹਾਨੂੰ ਡਿਜ਼ਾਈਨ ਸਮਝਾਉਣ ਦੀ ਲੋੜ ਨਹੀਂ, ਸਭ ਕੁਝ ਤਿਆਰ ਹੈ। ਦੁਪੱਟੇ ਦੇਖੋ ਲਿਲਨ ਦਾ ਦੁਪੱਟਾ, ਵਿੱਚ ਵੀਵਿੰਗ ਹੈ, ਪ੍ਰਿੰਟਿੰਗ ਹੈ, ਸਾਈਡਾਂ 'ਤੇ ਪ੍ਰਿੰਟ ਹੈ, ਚਾਰੇ ਪਾਸੇ ਲੇਸ ਹੈ, ਦੋਨੇ ਕਲਰ ਬਹੁਤ ਸੋਹਣੇ ਨੇ, ਮਤਲਬ ਕੋਈ ਵੀ ਏਜ ਗਰੁੱਪ ਇਹਨੂੰ ਪਾ ਸਕਦਾ, 16 ਤੋਂ ਲੈ ਕੇ 60-65 ਤੱਕ ਕੋਈ ਵੀ ਪਾ ਸਕਦਾ, ਐਸੀ ਗੱਲ ਨਹੀਂ ਜੀ। ਲਓ ਜੀ ਇੱਕ ਸੀ ਗ੍ਰੀਨ ਲਾਈਟ ਪਿੰਕ ਲਿਲਨ ਦੇ ਉੱਤੇ ਕੋਟਨ ਦੀ ਬੋਟਮ, ਆਈਟਮ ਨੰਬਰ 4 ਪ੍ਰਾਈਸ ਪਏਗਾ 2970। ਮਹਿਨਾਜ਼ ਖਾਨ ਜੀ ਸਤਿ ਸ਼੍ਰੀ ਅਕਾਲ ਜੀ, ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਜੋਤੀ ਰੋੜਾਈ ਸਤਿ ਸ਼੍ਰੀ ਅਕਾਲ ਜੀ, ਬੇਬੀ ਜੀ ਸਤਿ ਸ਼੍ਰੀ ਅਕਾਲ, ਸੁਸ਼ਮਾ ਨਾਰੰਗ ਜੀ ਸਤਿ ਸ਼੍ਰੀ ਅਕਾਲ। ਲਓ ਜੀ ਲਿਲਨ ਦੇ ਵਿੱਚ ਆਈਟਮ ਆਏਗੀ, ਸ਼ੀਸ਼ੇ ਦਾ ਕੰਮ ਆਏਗਾ ਹਲਕਾ ਹਲਕਾ ਪੱਤਰੇ ਦਾ, ਇਹਦੇ ਉੱਪਰ ਸਿਰਫ ਕੁੜਤਾ ਪੱਟੀ ਨੈੱਕ ਹੈ, ਉਹਦੇ 'ਤੇ ਸ਼ੀਸ਼ੇ ਦਾ ਕੰਮ ਹੈ, ਨਾਲ ਨਾਲ ਰੇਸ਼ਮ ਦੀ ਆਰੀ ਫਰੀ ਹੋਈ ਹੈ, ਬਸ ਪੋਲਕਾ ਡੋਟ ਆ ਲਿਲਨ ਦੇ ਵਿੱਚ, ਸਿਰਫ ਇੰਨੀ ਇੰਬਰਾਇਡਰੀ ਹੈ। ਆਹ ਇੱਕ ਸਿੰਗਲ ਸਿੰਗਲ ਹਾਈਲਾਈਟ ਕੀਤਾ ਹੋਇਆ, ਆਹ ਉੱਪਰ ਸਿਰਫ ਕੁੜਤਾ ਪੱਟੀ ਨੈੱਕ ਹੈ,
ਕੋਟਨ ਲੇਲਨ ਦਾ ਨਾਲ ਦੁਪੱਟਾ ਵਾ, ਦੁਪੱਟਾ ਟੋਟਲ ਡਿਜ਼ਾਈਨਰ ਆ। ਦੁਪੱਟੇ ਦੇ ਵਿੱਚ ਤਾਂ ਪਹਿਲਾਂ ਕੋਟਨ ਦੇ ਵਿੱਚ ਵੀਵਿੰਗ ਹੈ, ਰੇਸ਼ਮ ਦੀ ਇਹ ਪ੍ਰਿੰਟਿੰਗ ਹੈ ਸਾਰੀ, ਦੇਖੋ ਇਹਦੇ 'ਚ ਐਕਸਕਲੂਸਿਵ ਪੀਸ। ਦੋ ਕਲਰ ਨੇ ਜੀ, ਇਹ ਲੈਮਨ ਦੇ ਉੱਤੇ ਗ੍ਰੀਨ ਹੈ ਅਤੇ ਦੂਜਾ ਕਰੀਮ ਦੇ ਉੱਤੇ ਬਲੂ ਹੈ। ਇਹ ਚੀਜ਼ਾਂ ਨੇ ਐਕਸਕਲੂਸਿਵ, ਅਸੀਂ ਤੁਹਾਨੂੰ ਚੀਜ਼ਾਂ ਦੱਸਦੀਆਂ ਲੇਟੈਸਟ ਨਵੀਆਂ ਬਿਲਕੁਲ। ਪੰਜ ਨੰਬਰ ਆਈਟਮ 2090 ਰੇਟ ਸੀ, ਰੇਟ ਬੜਾ ਘੱਟ ਨਿਕਲਿਆ, ਰੇਟ ਚੈੱਕ ਕਰ ਲਿਆ ਬੇਟਾ, ਟੈਗ ਤਾਂ ਗਲਤ ਲੱਗਿਆ ਕਿਤੇ, 2090 ਇੰਨਾ ਹੀ ਨਾ। ਬਹੁਤ ਸੋਹਣੀ ਆਈਟਮ ਹੈ, ਲਾਈ ਉੱਤੇ ਲਾਈ ਜਾਓ ਕਾਕਾ ਜਿਹੜਾ ਫਾਸਟ। ਲਓ ਜੀ ਕਿਹਾ ਵੀ ਦੇਖੋ ਲਗਜ਼ਰੀ ਕੋਟਨ ਦੇ ਵਿੱਚ ਹੈ, ਟਾਟਾ ਮਿਲ ਦੀ ਕੋਟਨ ਹੈ ਜੀ, ਕੱਪੜਾ ਬਹੁਤ ਵਧੀਆ ਇਹਦਾ, ਜਿੱਦਾਂ ਜਿੱਦਾਂ ਕੱਪੜੇ ਨੂੰ ਪਾਉਂਗੇ ਬ੍ਰਾਈਟ ਹੋਊਗਾ ਇਹਦਾ। ਪ੍ਰਿੰਟਿੰਗ ਹੈ ਸਾਰੀ ਇਹਦੀ ਅਤੇ ਇਹ ਨੀਚੇ ਐਮਬਰਾਇਡਰੀ ਇਹਦੇ 'ਚ ਹੋਲਦਾਰੀ ਸਾਰੀ ਇਸ ਤੋਂ, ਇਹ ਸਾਰੀ ਨੀਚੇ ਐਮਬਰਾਇਡਰੀ ਹੈ, ਰੇਸ਼ਮ ਦਾ ਕੰਮ ਹੈ ਪੂਰਾ, ਫਰੰਟ ਫਰੰਟ 'ਤੇ ਕੰਮ ਹੈ ਸਿਰਫ ਇਹਦੇ 'ਚ, ਠੀਕ ਹੈ। ਬਾਕੀ ਬੈਕ ਬੋਟਮ ਪਲੇਨ ਹੁੰਦੀ ਹੈ। ਦੁਪੱਟਾ ਸਿੰਪਲ ਸ਼ਿਫੋਨ ਦਾ, ਉਹਦੇ 'ਤੇ ਲੇਸਿਸ ਦਿੱਤੀਆਂ ਦੋਨੇ ਪਾਸੇ, ਟੂ ਟੋਨ ਦੁਪੱਟਾ ਕਰਤਾ, ਹਲਕੀ ਜਿਹੀ ਐਮਬਰਾਇਡਰੀ ਕਰਤੀ। ਰੇਟ ਵੀ ਬੜਾ ਸੋਹਣਾ ਨਿਕਲਿਆ ਦੇਖੋ ਇਹਦਾ ਜੀ, ਮਤਲਬ ਜਿਵੇਂ ਆਪਾਂ ਰੂਟੀਨ 'ਚ ਪਾਉਣ ਵਾਸਤੇ ਲੈ ਰਹੇ ਹਾਂ ਨਾ, ਕਈ ਵਾਰ ਦੁਪੱਟਾ ਸ਼ਿਫੋਨ ਦਾ ਨਹੀਂ ਮਿਲਦਾ ਆਪਾਂ ਨੂੰ, ਇਹ ਸ਼ਿਫੋਨ ਦੁਪੱਟਾ, ਇੱਕ ਹੈਗਾ ਮੂਵਿਸ਼ ਪਿੰਕ, ਇੱਕ ਹੈਗਾ ਗ੍ਰੀਨ, ਸਾਰੀ ਐਮਬਰਾਇਡਰੀ ਹੈ। ਦੁਪੱਟੇ ਸਿੰਪਲ ਸ਼ਿਫੋਨ ਦੇ ਆ, ਵਧੀਆ ਲੇਸ ਦਿੱਤੀ ਹੋਈ ਦੁਪੱਟੇ ਦੇ ਪੱਲਿਆਂ ਪੱਲਿਆਂ 'ਤੇ। ਆਈਟਮ ਨੰਬਰ 6 ਤੇ ਸਿਰਫ 2220 ਰੁਪਈਏ ਜੀ, 2220 2220। ਮਧੂ ਜੀ ਸਤਿ ਸ਼੍ਰੀ ਅਕਾਲ ਜੀ, ਨੇਹਾ ਜੀ ਸਤਿ ਸ਼੍ਰੀ ਅਕਾਲ ਜੀ, ਪ੍ਰਿਤਭਾ ਜੀ ਸਤਿ ਸ਼੍ਰੀ ਅਕਾਲ ਜੀ, ਰਿਮ ਬਾਈ ਸਤਿ ਸ਼੍ਰੀ ਅਕਾਲ ਜੀ, ਮੋਹਨ ਜੀ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨੌ ਜੀ, ਇੱਕ ਲਾਈਨਾਂ ਦੇ ਵਿੱਚ ਪ੍ਰਿੰਟਿੰਗ ਆਈਟਮ ਆਏਗੀ ਇਸ ਤਰ੍ਹਾਂ, ਇਹ ਸ਼ਰਟ ਦੇ ਨੀਚੇ ਘੇਰੇ 'ਤੇ ਪ੍ਰਿੰਟਿੰਗ ਸਾਰੀ ਆਏਗੀ ਇਸ ਤਰ੍ਹਾਂ ਪਹਿਲਾਂ, ਫਿਰ ਲੇਸਿਸ ਦੇ ਨਾਲ ਉੱਪਰ ਨੀਚੇ ਬਾਰਡਰ ਦਿੱਤਾ ਇਹਦੇ 'ਚ। ਇਹ ਕੁੜਤਾ ਪੱਟੀ ਨੈੱਕ ਆ ਗਿਆ, ਬਿਲਕੁਲ ਡਿਜ਼ਾਈਨਰ ਪੀਸ ਦੇਖੋ, ਆਹ ਲਾਈਨਾਂ ਦੇ ਵਿੱਚ ਨੇ, ਆਹ ਪ੍ਰਿੰਟਿੰਗ ਹੈ ਇਹਦੇ 'ਚ, ਸੇਮ ਕਲਰ ਮੈਚਿੰਗ ਦੇ ਨਾਲ, ਸੇਮ ਕਲਰ ਦੀ ਲੇਸ ਦਿੱਤੀ ਉੱਪਰ ਐਮਬਰਾਇਡਰੀ ਦੀ, ਨੀਚੇ ਵੀ ਸਾਰੀ ਇਸ ਤਰ੍ਹਾਂ ਇਹਦੇ 'ਚ। ਇਹੀ ਸੇਮ ਉੱਤੇ ਕੁੜਤਾ ਪੱਟੀ ਨੈੱਕ ਬਣਿਆ ਹੋਇਆ, ਫੁੱਲ ਬਾਜ਼ੂ ਹੈ, ਬੋਟਮ ਪਲੇਨ ਆਏਗੀ ਬੇਸ ਕਲਰ ਦੀ, ਅਤੇ ਦੁਪੱਟਾ ਨਾਲ ਇਹਦੇ ਆਏਗਾ ਪਿਓਰ ਮਸਲੀਨ ਦੇ ਉੱਤੇ ਆਈਟਮ ਹੈ ਜੀ, ਅਲੀ ਮਸਲੀਨ ਕੋਟਨ, ਆਹ ਨਾਲ ਦੁਪੱਟਾ ਮਸਲੀਨ ਦਾ, ਚਾਰੇ ਪਾਸੇ ਬਾਰਡਰ ਹੈ, ਬਹੁਤ ਐਕਸਕਲੂਸਿਵ। ਦੂਜਾ ਹੈਗਾ, ਇੱਕ ਹੈਗਾ ਲੈਮਨ ਦੇ ਉੱਤੇ ਗ੍ਰੀਨ, ਆਪਣਾ ਪਿੰਕ ਅਤੇ ਗ੍ਰੀਨ, ਆ ਹੈਗਾ ਗਾਜਰੀ ਪਿੰਕ ਜਿਹਾ ਕਲਰ, ਮਤਲਬ ਸੋਬਰ ਜਿਹਾ ਆਰਟੀਕਲ ਨੇ, ਬਹੁਤ ਪਿਆਰੀਆਂ ਆਈਟਮਾਂ ਨੇ ਜਿਹੜੀਆਂ। ਸੱਤ ਨੰਬਰ ਆਈਟਮ 3530 ਰੁਪਈਏ ਜੀ, ਸਮੀਨਾ ਖਾਨ ਜੀ ਸਤਿ ਸ਼੍ਰੀ ਅਕਾਲ ਜੀ, ਕੁਲਵੀਰ ਜੀ ਸਤਿ ਸ਼੍ਰੀ ਅਕਾਲ ਜੀ, ਰੋਹਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਲਓ ਜੀ ਕਿਹਾ ਵੀ ਮਿਲ ਮੇਲ ਲਿਲਨ ਦੇ ਉੱਤੇ ਐਮਬਰਾਇਡਰੀ ਦਾ ਕੰਸੈਪਟ ਹੈ, ਸਾਰਾ ਨੀਚੇ ਲੇਸਿਸ ਦੇ ਵਿੱਚ ਸਾਰੀ ਐਮਬਰਾਇਡਰੀ ਹੈ ਜੀ, ਦੇਖੋ ਇਹ 'ਚ ਇਹ ਕੋਈ ਪੈਚ ਨਹੀਂ ਲੱਗੇ ਉੱਪਰ, ਸਾਰੀ ਐਮਬਰਾਇਡਰੀ ਹੈ ਨੀਚੇ, ਬਹਾਰੀ ਇਹਦਾ ਸਾਰੀ ਐਮਬਰਾਇਡਰੀ ਹੈ, ਠੀਕ ਹੈ ਜੀ, ਸੇਮ ਕਲਰ ਨਾਲ। ਫਿਰ ਇਹਦੇ 'ਚ ਇੱਕ ਕੋਰਨਰ ਦੇ ਉੱਤੇ ਬੂਟਾ ਦਿੱਤਾ ਸਾਰਾ, ਇਹਦੇ 'ਚ ਗ੍ਰੇ ਕਲਰ ਹੈ, ਗੋਲਡਨ ਹੈ, ਰਸਟ ਕਲਰ ਹੈ, ਉੱਤੇ ਹਲਕਾ ਹਲਕਾ ਤਿੱਲਾ ਚੱਲਿਆ, ਆ ਦੋਨੇ ਕੋਰਨਰ ਉੱਤੇ, ਮਤਲਬ ਇੱਥੇ ਤੱਕ ਪੂਰਾ, ਮਤਲਬ ਘੇਰਾ ਜਿੰਨਾ ਮਰਜ਼ੀ ਰੱਖੀਏ ਆਪਾਂ, ਇਹ ਨਹੀਂ ਕਿ ਇਹਨੂੰ ਘੇਰੇ ਦੇ ਆਪਣਾ ਚਾਕ ਲੇਵਲ ਤੱਕ ਆਉਣਾ ਵਾ, ਉੱਪਰ ਪੂਰੀਆਂ ਬੂਟੀਆਂ ਨੇ, ਉੱਪਰ ਫਿਰ ਕੁੜਤਾ ਪੱਟੀ ਨੈੱਕ ਹੈ, ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹਾਂ, ਕੋਈ ਦਿੱਕਤ ਨਹੀਂ। ਬੈਕ ਬੋਟਮ ਪਲੇਨ ਹੈ, ਇਹ ਵੀ ਮਿਲ ਮਿਲ ਲੈਣਾ ਹੈ, ਲੇਕਿਨ ਇਹਦੇ ਨੀਚੇ ਲਾਈਨਿੰਗ ਤੁਹਾਨੂੰ ਲਵਾਉਣੀ ਪਏਗੀ ਸ਼ਰਟ ਨੀਚੇ। ਦੁਪੱਟਾ ਬਹੁਤ ਪਿਆਰਾ ਦੁਪੱਟੇ 'ਤੇ, ਡਿਜ਼ਾਈਨਰ ਪ੍ਰਿੰਟ ਆਏਗਾ ਸਾਰਾ ਇਸ ਤਰ੍ਹਾਂ, ਅਤੇ ਆਹ ਲੈਂਥ ਵਾਲੇ ਪਾਸੇ ਐਮਬਰਾਇਡਰੀ ਆ ਜਾਏਗੀ ਇਹਦੇ 'ਚ, ਨਾਲ ਨਾਲ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ, ਐਕਸਕਲੂਸਿਵ ਚੀਜ਼। ਇਹ 'ਚ ਇੱਕ ਹੈਗਾ ਗ੍ਰੇ ਕਲਰ ਜੀ, ਅਤੇ ਦੂਜਾ ਹੈਗਾ ਬਿਲਕੁਲ ਲਾਈਟ ਜਿਹਾ ਪੀਚ ਕਲਰ ਹੈ, ਬੇਬੀ ਪੀਚ, ਜਿੱਦਾਂ ਪਿੰਕ ਹੁੰਦਾ ਨਾ ਬੇਬੀ, ਇੱਦਾਂ ਇੱਦਾਂ ਹੀ ਪੀਚ ਕਲਰ ਹੈ, ਬਿਲਕੁਲ ਲਾਈਟ ਕਲਰ ਹੈ। ਐਮਬਰਾਇਡਰੀ ਦੇਖੋ, ਕਲਰ ਮੈਚਿੰਗ ਦੇਖੋ, ਗ੍ਰੇ ਉੱਤੇ ਉਸ ਹਿਸਾਬ ਨਾਲ ਲੱਗੀ ਹੋਈ ਹੈ, ਪੀਚ ਉੱਤੇ ਉਸ ਹਿਸਾਬ ਨਾਲ ਲੱਗੀ ਹੋਈ ਹੈ, ਦੁਪੱਟਾ ਦੇਖੋ, ਸਭ ਕੁਛ ਸੁਪਰ ਆਈਟਮ ਹੈ ਜੀ।
ਓ ਜੀ ਆਈਟਮ ਨੰਬਰ 8 ਪ੍ਰਾਈਸ ਪਏਗਾ 3980। ਸਿਮਰਨ ਜੀ ਸਤਿ ਸ਼੍ਰੀ ਅਕਾਲ ਜੀ, ਜਤਿੰਦਰ ਕੁਮਾਰ ਜੀ ਸਤਿ ਸ਼੍ਰੀ ਅਕਾਲ। ਲਓ ਜੀ ਉਹਦੇ 'ਚ ਦੂਜਾ ਡਿਜ਼ਾਇਨ ਵੀ ਆ ਗਿਆ, ਇਹ ਵੀ ਲਿਲਨ ਦੇ ਵਿੱਚ ਹੈ ਲੇਕਿਨ ਸ਼ਰਟ ਨੀਚੇ ਲਾਈਨਿੰਗ ਲੱਗੇਗੀ, ਇਹਦੇ 'ਚ ਡੈਗਨਲ ਲਾਈਨਾਂ ਨੇ ਆੜੀਆਂ, ਇਹਦੇ ਉੱਪਰ ਸਿੰਗਲ ਕਲਰ ਦਾ ਸ਼ੀਸ਼ਾ ਬਰੀਕ ਬਰੀਕ ਦਿੱਤਾ ਹੋਇਆ ਅਤੇ ਬਰੀਕ ਜਿਹਾ ਨੈਕ ਦਿੱਤਾ ਕੁੜਤਾ ਪੱਟੀ ਉੱਪਰ ਇਹਦੇ 'ਚ। ਕਿਉਂਕਿ ਸਮਰ ਦੇ ਵਿੱਚ ਨਾ ਹਰ ਚੀਜ਼ ਵਿਕਦੀ, ਸਸਤੀ ਵਿਕਦੀ ਹੈ, ਮਹਿੰਗੀ ਵਿਕਦੀ ਹੈ। ਆਹ ਦੁਪੱਟਾ ਵਾ ਕੋਟਨ ਦੀ ਵੀਵਿੰਗ ਹੈ, ਡਿਜੀਟਲ ਪ੍ਰਿੰਟ ਆਏਗਾ ਸਾਰਾ, ਦੇਖੋ ਇਸ ਤਰ੍ਹਾਂ ਦੁਪੱਟਾ ਇੱਦਾਂ ਖੋਲ੍ਹਦੇ ਪੂਰਾ ਬਟ ਇੱਦਾਂ ਉੱਪਰ ਤੱਕ। ਆਹ ਦੇਖੋ ਨਾਲ ਦੁਪੱਟਾ ਇਹਦੇ, ਬਸ ਕੋਟਨ ਦਾ ਹੀ ਦੁਪੱਟਾ, ਲੈ ਲੈਣ ਕੋਟਨ ਦੇ ਵਿੱਚ। ਮਤਲਬ ਬਹੁਤ ਜਿਵੇਂ ਕੁੜੀਆਂ ਨੇ ਰੋਜ਼ ਪਾਉਣਾ ਹੁੰਦਾ, ਕੰਮ 'ਤੇ ਜਾਣਾ, ਆਫਿਸ ਜਾਣਾ, ਜਿੱਥੇ ਵੀ ਜਾਣਾ, ਮਤਲਬ ਕਿਸੇ ਦੇ ਘਰ ਜਾਣਾ, ਤਾਂ ਵੀ ਚੀਜ਼ ਪਾਈ ਸੋਹਣੀ ਲੱਗਦੀ ਆ। ਗ੍ਰੀਨ ਦੇ ਨਾਲ ਕੰਟਰਾਸਟ ਆ ਗਿਆ, ਇੱਕ ਨਾਲ ਗ੍ਰੇ ਦੇ ਨਾਲ ਕੰਟਰਾਸਟ ਆ ਗਿਆ ਜਿਹੜਾ। ਸਿਰਫ 2220 ਰੇਟ ਨਿਕਲਿਆ ਆਈਟਮ ਨੰਬਰ 9। ਲਓ ਜੀ ਇਹ ਵੀ ਮਿਲ ਮਿਲ ਲੇਲਨ ਦੇ ਉੱਤੇ ਪ੍ਰਿੰਟਿੰਗ ਆਈ ਹੈ, ਇਹ ਵੀ ਲਾਈਨਿੰਗ ਲੱਗੇਗੀ ਨੀਚੇ। ਆਹ ਦੇਖੋ ਸਿਰਫ ਕੰਟਰਾਸਟ ਪ੍ਰਿੰਟਿੰਗ ਛੋਟਾ ਵੱਡਾ ਦੇ ਕੇ ਉੱਤੇ ਬਾਰਡਰ ਦਿੱਤਾ, ਪ੍ਰਿੰਟਿੰਗ ਦਾ ਕੁੜਤਾ ਪੱਟੀ ਨੈਕ, ਨੀਚੇ ਸੇਮ ਘੇਰੇ ਦੇ ਬਾਰਡਰ ਦਿੱਤਾ, ਨਾਲ ਨੀਚੇ ਬਹੁਤ ਫਾਈਨ ਖੂਬਸੂਰਤ ਇੰਬਰਾਇਡਰੀ ਵਾਲੀ ਲੇਸ ਹੈ। ਇਸ ਤੋਂ ਹੀ ਨਾਲ ਦੁਪੱਟਾ ਆਏਗਾ ਲੇਲਨ ਦੇ ਵਿੱਚ ਹੀ, ਲਾਈਨਾਂ ਦੇ ਵਿੱਚ ਦੁਪੱਟਾ, ਲੀਨੋ ਕੋਟਨ ਬੋਲਦੇ ਇਹਨੂੰ। ਇੱਕ ਪੀਚ ਕਲਰ ਆ ਗਿਆ ਜੀ, ਦੂਜਾ ਆਏਗਾ ਲੈਮਨ ਕਲਰ, ਸੋਰੀ ਲਾਈਮ ਗ੍ਰੀਨ ਕਲਰ। ਦੋਨੇ ਐਕਸਕਲੂਸਿਵ ਪੀਸ, ਆਈਟਮ ਨੰਬਰ 10 ਅਤੇ ਪ੍ਰਾਈਜ਼ ਇਹਦਾ ਪਏਗਾ ਆਪਾਂ ਨੂੰ ਸਿਰਫ ਅਤੇ ਸਿਰਫ 2630 ਰੁਪਈਏ ਜੀ। ਉਹ ਜੀ ਕਿਆ ਪਾਕਿਸਤਾਨੀ ਆਈਟਮ ਆਈ ਹੈ ਕੋਟਨ ਦੇ ਵਿੱਚ, ਇਹ ਵੀ ਚੀਜ਼ ਬਹੁਤ ਸੋਹਣੀ ਹੈ। ਇਹ ਮਤਲਬ ਪੀਸ ਆਉਂਦੇ ਘੱਟ ਨੇ ਅਤੇ ਔਰਡਰ ਜ਼ਿਆਦਾ ਨਿਕਲਦੇ ਨੇ, ਇੰਨੀ ਕੁ ਵਧੀਆ ਆਈਟਮ ਹੈ ਜੀ ਜਿਹੜੀ। ਬੇਟੇ ਖੁਸ਼ ਸੰਧੂ ਦਾ ਕੰਮ ਕਰਾ ਦੀ ਇਹਨਾਂ 'ਚ, ਬਿੱਲ ਬਣ ਗਿਆ ਹੈ ਕੱਲ੍ਹ ਦਾ ਖੁਸ਼ ਸੰਧੂ ਦਾ। ਲਓ ਜੀ ਇਹ ਚੀਜ਼ ਆਏਗੀ ਦੇਖਣਾ ਜਿਹੜਾ, ਇਹ ਨੀਚੇ ਸਾਰਾ ਲੇਸਿਸ ਦਾ ਕੋਨਸੈਪਟ ਆਏਗਾ, ਸਟਿਚਿੰਗ ਭੇਜਤਾ ਉਹਦਾ। ਇਹ ਪੈਨਲ ਦੇ ਵਿੱਚ ਲਾਈਨਾਂ ਆਉਣਗੀਆਂ ਸਾਰੀਆਂ ਐਮਬਰਾਇਡਰੀ ਦੇ, ਇਸ ਤਰ੍ਹਾਂ ਉੱਪਰ ਦੇਖੋ ਪੰਪਮ ਲੇਸ ਦਿੱਤੀ ਹੋਈ ਉਹਦੇ 'ਚ, ਬਹੁਤ ਪਿਆਰੀ ਆਈਟਮ ਹੈ। ਇਹ ਪੰਪਮ ਜਿਵੇਂ ਬੰਦੇ ਨੇ ਸਾਰੇ ਹੈਂਡ ਨਾਲ, ਉੱਪਰ ਸੇਮ ਉੱਦਾਂ ਹੀ ਨੈਕ ਉੱਤੇ ਬਣਾਇਆ। ਇਹ ਮਤਲਬ ਬੁਟੀਕ ਲੈਵਲ ਦੇ ਪੀਸ ਹੁੰਦੇ ਨੇ ਜੀ ਜਿਹੜੇ। ਇਹ ਨਾਲ ਦੁਪੱਟਾ ਦੇਖੋ, ਦੁਪੱਟੇ ਦੇ ਕੋਰਨਰ ਦੇ ਉੱਤੇ ਸਾਰਾ ਪੈਚਿੰਗ ਦਾ ਕੰਮ ਹੈ, ਉਹੀ ਮਲਟੀ ਕਲਰ ਆ ਗਏ ਨਾ ਜੀ, ਜਿਹੜੇ ਮਲਟੀ 'ਚ ਲੱਗੇ ਨੇ ਉਹੀ ਇਹਦੇ 'ਚ ਪੈਚ ਆ ਗਿਆ। ਇਹ ਲੇਸੀ ਦਾ ਆ ਗਈਆਂ, ਔਰਗੈਂਜ਼ਾ ਜੋਰਜਟ ਦੀ ਚੁੰਨੀ ਹੈ, ਇੱਕ ਇਹ 'ਚ ਹੈਗਾ ਲਾਈਟ ਜਿਹਾ ਮੋਵਿਸ਼ ਪਿੰਕ ਕਲਰ ਹੈ, ਇੱਕ ਇਹ 'ਚ ਹੈਗਾ ਪੀਚ ਕਲਰ ਹੈਗਾ। ਬੇਟੇ ਦੁਪੱਟਾ ਬੜਾ ਖੋਲ੍ਹ ਦੇਣਾ, ਦੁਪੱਟਾ ਖੋਲ੍ਹ ਦੇਦਾ ਵੀ। ਮਸਲੀਨ ਦੀ ਨਾਲ ਕੋਟਨ ਦੀ ਬੋਟਮ ਆਏਗੀ, ਬਸ ਕੋਰਨਰ ਖੋਲ੍ਹਦੇ ਬੜਾ ਜਿਹਾ ਬਸ। ਲਓ ਜੀ ਦੋ ਕਲਰ ਨੇ ਜੀ, ਦੋਨੇ ਸੁਪਰ ਡੁਪਰ ਪੀਸ ਜੀ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 11 ਅਤੇ ਪ੍ਰਾਈਜ਼ ਪਏਗਾ 5550 ਰੁਪਈਏ। ਲਓ ਜੀ ਕਿਆ ਦੇਖੋ, ਕੋਟਨ ਨੇ ਮਤਲਬ ਜੋਰਜਟ ਔਰਗੈਂਜ਼ਾ ਦੀ ਆਈਟਮ ਆਈ ਹੈ, ਵੀ ਨਵਾਂ ਕੁਛ ਕੰਸੈਪਟ ਹੈਗਾ। ਇਹ ਸਾਰਾ ਬਰਸ਼ਿੰਗ ਦੇ ਵਿੱਚ ਹੈ, ਜੋਰਜਟ ਔਰਗੈਂਜ਼ਾ ਫੋਲਿੰਗ ਕੱਪੜਾ ਵਾ, ਉਹਦੇ ਨੀਚੇ ਸਿਰਫ ਲੇਸ ਦਿੱਤੀ ਹੈ, ਉੱਪਰ ਸਾਰੀ ਪ੍ਰਿੰਟਿੰਗ ਇਹਦੇ 'ਚ, ਉਹਦੇ ਉੱਪਰ ਡੋਰੀ ਦਾ ਕੰਮ ਹੈ ਸਾਰਾ। ਇਹ ਉੱਪਰ ਬਟਰਫਲਾਈ ਦੀ ਪ੍ਰਿੰਟਿੰਗ ਸਾਰੀ, ਉਹਦੇ ਉੱਪਰ ਹਲਕਾ ਹਲਕਾ ਹਾਈਲਾਈਟ ਕੀਤਾ ਹੋਇਆ,
ਸਾਈਡਾਂ ਉੱਤੇ ਫਲਾਵਰ ਨੇ, ਪਲੇਸਿੰਗ ਪੈਟਰਨ ਬੋਲਦੇ ਹਨ। ਦੇਖੋ ਗੋਟੇ ਦਾ ਕੰਮ ਵੀ ਹੈ, ਪਰਲ ਦਾ ਕੰਮ ਵੀ ਹੈ, ਤਿੱਲੇ ਦਾ ਕੰਮ ਵੀ ਹੈ, ਨੀਚੇ ਲੇਸ ਵੀ ਆ ਗਈਆਂ ਅਤੇ ਨਾਲ ਦੁਪੱਟਾ ਬਹੁਤ ਪਿਆਰਾ, ਦੁਪੱਟਾ ਵੀ ਨਾਲ ਲੇਸਿਸ ਹੈ, ਕੋਰਨਰ 'ਤੇ ਪ੍ਰਿੰਟ ਹੈ, ਉਹਦੇ ਉੱਪਰ ਪ੍ਰੋਪਰ ਹਾਈਲਾਈਟਿੰਗ ਹੈ, ਸੀ ਗ੍ਰੀਨ ਕਲਰ ਹੈ ਅਤੇ ਦੂਜਾ ਹੈਗਾ ਵਿੱਚ ਮੋਵਿਸ਼ ਪਿੰਕ ਕਲਰ ਵਾਲਾ। ਬਿਲਕੁਲ ਨਵੇਂ ਆਈਡੀਆ ਨੇ ਜੀ ਹਾਲੇ, ਦੇਖੋ ਅਸੀਂ ਜੁਆਇੰਟ ਵੀ ਨਹੀਂ ਕਰਾਏ, ਪਹਿਲਾਂ ਪੀਸ ਤੁਹਾਨੂੰ ਖੋਲ੍ਹ ਕੇ ਦਿਖਾ ਰਹੇ ਹਾਂ, ਵੀਡੀਓ 'ਚ ਪਾ ਰਹੇ ਹਾਂ ਪਹਿਲਾਂ ਇਹਦੇ 'ਚ ਦੋਨੇ ਅਲਟੀਮੇਟ ਪੀਸ। ਲਾਜਿਕ ਹੈਗਾ ਮੋਵਿਸ਼ ਪਿੰਕ ਹੈਗਾ, ਸੀ ਗ੍ਰੀਨ 12 ਨੰਬਰ ਆਈਟਮ, 4320 ਰੁਪਈਏ ਜੀ। ਸੁਪਰ ਰਮਨ ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਕਮਲਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਠੀਕ ਕਰ ਵੀ ਇਸਨੂੰ ਬੇਟੇ, ਗਲਤ ਹੋ ਗਿਆ। ਇਹ ਲੇਲਨ ਦੇ ਉੱਤੇ ਆਈਟਮ ਆਈ ਜੀ ਇਸ ਤਰ੍ਹਾਂ, ਇਹ ਸਿਰਫ ਵੋਵਨ ਦੇ ਵਿੱਚ ਕੌਨਸੈਪਟ ਆ ਜੀ ਵਾਲਾ, ਅਤੇ ਕੋਟਨ ਦੀ ਬੋਟਮ ਹੈ ਸਾਰੀ, ਵੀਵਿੰਗ ਇਹਦੇ 'ਚ। ਇਹ ਜਿਵੇਂ ਕੁੜੀਆਂ ਪਾਉਂਦੀਆਂ ਨਾ, ਪ੍ਰੋਫੈਸਰ ਵਗੈਰਾ ਜਿਵੇਂ ਹੁੰਦੇ ਨਾ, ਮਤਲਬ ਥੋੜ੍ਹਾ ਜਿਹਾ ਸੋਬਰ ਸਾਦਗੀ ਵਾਲੇ ਪੀਸ ਪਾਉਂਦੇ ਨੇ, ਅਸਲ ਵਿੱਚ ਵੀਵਿੰਗ ਬਣੀ ਵਾਸਤੇ ਇਹਦੇ 'ਚ, ਹੋਰ ਕੁਛ ਕੰਮ ਨਹੀਂ ਹੈਗਾ। ਵੋਵਨ ਇਹ ਪ੍ਰਿੰਟਿੰਗ ਹੈ ਨਾਲ ਇਹਦੇ ਬਾਜ਼ੂ ਵਾਸਤੇ ਨਾ ਬੇਟੇ, ਇਹ ਬਾਜ਼ੂ ਵਾਸਤੇ ਪ੍ਰਿੰਟਿੰਗ ਦਿੱਤੀ ਇਹਦੇ 'ਚ, ਇੱਕ ਬਾਜ਼ੂ ਇੱਧਰ ਆ ਗਈ, ਦੂਜੀ ਬਾਜ਼ੂ ਉੱਧਰ ਆ ਗਈ, ਇਹਦੇ 'ਚ ਸਿਰਫ ਬਾਜ਼ੂ ਵਾਸਤੇ ਪ੍ਰਿੰਟਿੰਗ ਹੈ ਅਤੇ ਨਾਲ ਦੁਪੱਟਾ ਬਹੁਤ ਪਿਆਰਾ ਇਹਦੇ। ਦੇਖੋ ਚੀਜ਼ਾਂ ਅਸੀਂ ਵੀ ਤੁਹਾਡੇ ਵਾਸਤੇ ਪੂਰੀ ਮਿਹਨਤ ਕਰੀਦੀ ਹੈ, ਚੀਜ਼ਾਂ ਨਵੀਆਂ ਨਵੀਆਂ ਲਈ ਦੀਆਂ। ਰਾਧੇ ਰਾਧੇ ਜੀ ਸਤਿ ਸ਼੍ਰੀ ਅਕਾਲ ਜੀ, ਅੰਜੂ ਯਾਦਵ ਜੀ ਸਤਿ ਸ਼੍ਰੀ ਅਕਾਲ, ਰਾਧੇ ਰਾਧੇ ਜੀ, ਰਾਧੇ ਰਾਧੇ। ਲਓ ਜੀ ਇਹ ਨਾਲ ਦੁਪੱਟਾ ਹੈ, ਲਿਲਨ ਦਾ ਦੁਪੱਟਾ, ਲਿਲਨ ਦੀ ਸ਼ਰਟ, ਕੋਟਨ ਦੀ ਬੋਟਮ, ਗ੍ਰੇ ਕਲਰ, ਇੱਕ ਸਿੰਗਲ ਪੀਸ ਹੈ ਇਹਦੇ 'ਚ। 13 ਨੰਬਰ ਆਈਟਮ, 3870 ਜੀ। ਲਓ ਜੀ ਕਿਹਾ ਵੀ ਦੇਖੋ, ਲਗਜ਼ਰੀ ਬਹੁਤ ਫਾਈਨ ਕੋਟਨ ਹੈ, ਮਲਜ਼ ਕੋਟਨ ਹੈ ਜੀ ਇਹ ਕੱਪੜਾ। ਦੇਖੋ ਲਾਈਨਿੰਗ ਲੱਗੇਗੀ ਨੀਚੇ, ਬਿਲਕੁਲ ਲੱਗੇਗੀ 100%। ਪ੍ਰਿੰਟਿੰਗ ਦੇਖੋ ਤੁਸੀਂ ਜਿਹੜਾ ਉੱਤੇ ਜੀ, ਇੱਕਦਮ ਖੂਬਸੂਰਤ ਡਿਜੀਟਲ ਪ੍ਰਿੰਟ, ਨਾਲ ਨਾਲ ਐਮਬਰਾਇਡਰੀ ਪੂਰੀ, ਪਹਿਲਾਂ ਐਮਬਰਾਇਡਰੀ ਆਪਣਾ, ਪਹਿਲਾਂ ਪ੍ਰਿੰਟਿੰਗ ਹੈ, ਫਿਰ ਉਹਦੇ ਉੱਪਰ ਐਮਬਰਾਇਡਰੀ ਕੀਤੀ ਸਾਰੀ ਜਲਾ, ਮਤਲਬ ਪੂਰਾ ਫਰੰਟ ਬੈਕ ਸੇਮ ਹੀ ਹੈ, ਪ੍ਰਿੰਟਿੰਗ ਉੱਤੇ ਸਾਰੀ ਐਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ। ਫਿਰ ਦੁਪੱਟੇ ਦੇ ਉੱਤੇ ਇਸ ਤਰ੍ਹਾਂ ਲੇਸ ਦਿੱਤੀ ਬਹੁਤ ਸੋਹਣੀ, ਜਿੱਦਾਂ ਦੀ ਐਮਬਰਾਇਡਰੀ ਹੈ ਉੱਦਾਂ ਦੀ ਲੇਸ ਆ ਗਈ, ਠੀਕ ਹੈ ਜੀ। ਫਿਰ ਨਾਲ ਪ੍ਰਿੰਟਿੰਗ ਦੇਖੋ ਤੁਸੀਂ, ਜਿਹੜਾ ਪੱਲਿਆਂ ਉੱਤੇ ਡਿਫਰੈਂਟ ਪ੍ਰਿੰਟਿੰਗ ਹੈ, ਨਾਲ ਨਾਲ ਸੇਮ ਬੂਟੀ ਵਾਲੀ, ਇੱਕ ਕਲਰ ਸਿੰਗਲ ਹੀ ਹੈ, ਬਹੁਤ ਐਕਸਕਲੂਸਿਵ ਹੈ ਜੀ ਵਾਲਾ ਚੀਜ਼ਾਂ ਇਹ। ਮੈਡਮ ਜੀ ਚੀਜ਼ਾਂ ਦੁਬਾਰਾ ਦੁਬਾਰਾ ਨਹੀਂ ਆਉਂਦੀਆਂ, ਇੱਕ ਵਾਰ ਚੀਜ਼ਾਂ ਆ ਗਈਆਂ ਬਹੁਤ ਮੁਸ਼ਕਿਲ ਨਾਲ ਦੁਬਾਰਾ ਮਾਲ ਮਿਲਦੇ ਨੇ, ਕਿਉਂਕਿ ਫਸਟ ਟਾਈਮ ਮੈਡਮ ਜੀ ਨੇ ਬਣਾਉਣੀ ਹੁੰਦੀ ਹੈ, ਉਹ ਪੂਰੀ ਮਿਹਨਤ ਕਰਕੇ ਚੀਜ਼ ਬਣਾਉਂਦਾ। ਉਹ ਆਈਟਮ ਨੰਬਰ 14 'ਤੇ ਪ੍ਰਾਈਜ਼ ਪਏਗਾ 4650 ਰੁਪਈਏ। ਲਓ ਜੀ ਕਰੀਮ ਐਂਡ ਬਲੈਕ ਦੇ ਵਿੱਚ ਆਈਟਮ ਆਈ ਹੈ ਵੀ, ਚੀਜ਼ ਬਹੁਤ ਸੋਹਣੀ, ਮਸਲੀਨ ਦੇ ਉੱਤੇ ਬੇਟੇ, ਪਿਓਰ ਮਸਲੀਨ ਦੇ ਉੱਤੇ ਕੋਟਨ ਦੀ ਬਲੈਕ ਬੋਟਮ ਆਏਗੀ। ਆ ਦੇਖੋ ਨੀਚੇ ਸਾਰਾ ਲੇਸਿਸ ਦੇ ਕੋਨਸੈਪਟ ਨੇ ਸਾਰੇ ਇਹਦੇ 'ਚ, ਸਾਰਾ ਨੀਚੇ ਲੇਸਿਸ ਹੈ। ਇਹ ਪ੍ਰਿੰਟਿੰਗ ਦੇ ਬਾਰਡਰ ਨੇ, ਆਹ ਲੇਸਿਸ ਹੈ ਬਲੈਕ ਉੱਤੇ ਬਲੈਕ, ਠੀਕ ਹੈ ਜੀ। ਆਹ ਉੱਪਰ ਪ੍ਰਿੰਟਿੰਗ ਨੂੰ ਬੋਲਦੇ ਨੇ ਪਲੇਸਿੰਗ ਪੈਟਰਨ ਬੋਲਦੇ ਹਾਂ ਅਸੀਂ, ਜਿੰਨਾ ਵੀ ਤੁਸੀਂ ਫਲਾਵਰ ਦੇਖ ਰਹੇ ਹੋ ਇਹ ਸਾਰਾ ਪ੍ਰਿੰਟ ਦੇ ਵਿੱਚ ਹੀ ਹੈ, ਲੇਕਿਨ ਇਹਦੇ ਉੱਪਰ ਸਾਰੀ ਫਿਰ ਐਮਬਰਾਇਡਰੀ ਹੈ, ਇਹ ਤਿੱਲੇ ਦਾ ਕੰਮ ਹੈ, ਨਾਲ ਨਾਲ ਸ਼ੀਸ਼ੇ ਦਾ ਕੰਮ ਹੈ ਸਾਰਾ ਇਹਦੇ 'ਚ। ਇਹ ਉੱਪਰ ਕੁੜਤਾ ਪੱਟੀ ਆ ਗਿਆ ਨੈੱਕ ਇਹਦੇ 'ਚ, ਹਲਕੀ ਜਿਹੀ ਪ੍ਰਿੰਟਿੰਗ ਦੇ ਬਾਰਡਰ ਦੇ ਕੇ ਨਾਲ ਐਮਬਰਾਇਡਰੀ ਦੇ ਤੀ। ਆਹ ਦੇਖੋ ਗੱਲਬਾਤ ਆ ਪੂਰੀ ਪੀਸਾਂ ਦੀ, ਹੁਣ ਦੇਖੋ ਦੁਪੱਟੇ ਦੀ ਵਾਰੀ ਆ ਗਈ ਜੀ, ਨਾਲ ਲਾਈਟ ਵੇਟ ਦੁਪੱਟਾ ਮਸਲੀਨ ਦਾ, ਉਹਦੇ 'ਤੇ ਸਿਰਫ ਪ੍ਰਿੰਟਿੰਗ ਹੈ, ਚਾਰੇ ਪਾਸੇ ਬਾਰਡਰ ਹੈ। ਆਹੀ ਦੇਖੋ ਛੋਟਾ ਪ੍ਰਿੰਟ ਆ ਗਿਆ, ਉਹੀ ਸੇਮ ਪ੍ਰਿੰਟ ਵੱਡੇ ਦੇ ਵਿੱਚ ਆ ਗਿਆ, ਇਹ ਸੂਟ ਵਾਸਤੇ ਬਣਿਆ, ਇਹ ਸਪੈਸ਼ਲ ਦੁਪੱਟੇ ਵਾਸਤੇ ਬਣਿਆ, ਠੀਕ ਹੈ ਨਾ। ਆਈਟਮ ਨੰਬਰ 15, 3150 ਰੁਪਈਏ ਜੀ, ਬਲੈਕ ਬੋਟਮ ਆਏਗੀ ਨਾਲ ਇਹਦੀ।
ਲਓ ਜੀ, ਇਹ ਵੀ ਮਸਲੀਨ ਕੋਟਨ ਦੇ ਉੱਤੇ ਆਈਟਮ ਆਈ ਹੈ। ਇਹ ਸਾਰਾ ਨੀਚੇ ਰੇਸ਼ਮ ਦਾ ਕੰਮ ਹੈ, ਐਮਬਰਾਇਡਰੀ। ਇਹ ਪ੍ਰਿੰਟਿੰਗ ਆਏਗੀ ਸਾਰੀ, ਉਹਦੇ ਉੱਪਰ ਐਮਬਰਾਇਡਰੀ ਆਏਗੀ, ਰੇਸ਼ਮ ਦਾ ਕੰਮ ਹੈ ਸਾਰਾ ਜੀ। ਲਓ ਉੱਪਰ ਕੁੜਤਾ ਪੱਟੀ ਨੈੱਕ ਆ ਗਿਆ, ਆਹ ਲੁੱਕ ਆਏਗੀ ਪੂਰੀ ਸ਼ਰਟ ਦਾ ਫਰੰਟ ਆਏਗਾ, ਅਤੇ ਨਾਲ ਦੁਪੱਟਾ ਬਹੁਤ ਪਿਆਰਾ ਹੈ ਜੀ। ਦੁਪੱਟੇ ਦੇ ਲੈਂਥ ਵਾਲੇ ਪਾਸੇ ਪੂਰੀ ਐਮਬਰਾਇਡਰੀ ਹੈ, ਵਿੱਚ ਵਿੱਚ ਬੂਟੀ ਹੈ, ਪੂਰੀ ਸ਼ਿਫੋਨ ਦੀ ਚੁੰਨੀ ਹੈ, ਕੋਟਨ ਦੀ ਬੋਟਮ ਹੈ, ਲਾਈਟ ਬਲੂ ਕਲਰ ਹੈ, ਪ੍ਰਿੰਟਿੰਗ ਥੋੜ੍ਹੇ ਜਮੈਟ੍ਰੀਕਲ ਹੈ, ਐਮਬਰਾਇਡਰੀ ਫਲਾਵਰ ਵਾਲੀ ਹੈ, ਲੇਕਿਨ ਕਲਰ ਮੈਚਿੰਗ ਬਹੁਤ ਖੂਬਸੂਰਤ ਹੈ। 16 ਨੰਬਰ ਆਈਟਮ 2970 ਰੁਪਈਏ ਜੀ। ਲਓ ਜੀ, ਇੱਕ ਹੈ ਵੀ ਨੈੱਟ ਵਾਲੀ ਲੇਸਿਸ ਜਿੱਦਾਂ ਆਉਂਦੀਆਂ ਨਾ ਸਾਰੀਆਂ, ਉਹਦੇ ਉੱਤੇ ਪਹਿਲਾਂ ਸਾਰੀ ਇਹ ਪ੍ਰਿੰਟਿੰਗ ਹੈ ਬੇਟੇ, ਇਹ ਸਾਰੀ ਪੈਚ ਕੀਤਾ ਉੱਪਰ ਨਾ, ਪੈਚ ਇਹ ਸਾਰੇ ਉੱਪਰ ਪੈਚ ਸੈੱਟ ਕੀਤਾ ਜੀ ਇਹਦੇ 'ਚ, ਇਹ ਸਾਰਾ ਪ੍ਰਿੰਟਿੰਗ ਦਾ ਪੈਚ ਹੈ ਇਹਦੇ 'ਚ, ਦੇਖੋ ਬਹੁਤ ਖੂਬਸੂਰਤ ਕੋਟਨ ਦੇ ਵਿੱਚ ਆਈਟਮ ਹੈ, ਕੋਟਨ ਲੇਸ ਹੁੰਦੀਆਂ ਨੇ। ਉਲਕਾ ਜਿਹਾ ਕੁੜਤਾ ਪੱਟੀ ਨੈੱਕ ਆ ਗਿਆ, ਹੁਣ ਦੇਖੋ ਦੁਪੱਟਾ ਜਿਹੜਾ, ਦੁਪੱਟੇ ਦੇ ਵੀ ਸਾਰੇ ਇਸ ਤਰ੍ਹਾਂ ਇਹ ਪੈਚ ਹੀ ਹੁੰਦਾ ਜੀ ਇਹਦਾ, ਨਾਲ ਦੁਪੱਟਾ ਹੀ। ਔਰਗੈਂਜ਼ਾ ਜੋਰਜਟ ਦੀ ਚੁੰਨੀ ਹੈ, ਕੋਟਨ ਲੇਸ ਦੀ ਸ਼ਰਟ ਹੈ, ਅਤੇ ਕੋਟਨ ਦੀ ਬੋਟਮ ਹੈ, ਬਿਲਕੁਲ ਨਵੇਂ ਕੋਨਸੈਪਟ ਹੈ ਜੀ ਇਹ ਲਈ। ਡਿਜ਼ਾਈਨਰਾਂ ਦੇ ਪੀਸ ਨੇ, ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਕਿ ਪੀਸ ਇਸ ਰੇਂਜ ਬਣਿਆ ਹੋਇਆ। 2700 ਦਾ ਪੀਸ ਹੈ ਸਿਰਫ ਜੀ, 17 ਨੰਬਰ ਆਈਟਮ। ਲਓ ਜੀ, ਇੱਕ ਲੇਸਿਸ ਦੇ ਵਿੱਚ ਕੋਨਸੈਪਟ ਆਇਆ ਰੱਖਣਾ ਜਿਹੜਾ ਜੀ, ਇਹਦਾ ਕੱਲ੍ਹ ਵੀ ਮੈਂ ਪੀਸ ਪਾਏ ਸੀ ਦੋ, ਹੈ ਨਾ, ਉਹਦਾ ਵੀ ਬਹੁਤ ਅੱਛਾ ਰਿਸਪੋਂਸ ਸੀਗਾ। ਇਹ ਦੇਖੋ ਨੀਚੇ ਪਹਿਲਾਂ ਐਮਬਰਾਇਡਰੀ ਦਾ ਬਾਰਡਰ ਆ ਗਿਆ ਜੀ ਸਾਰਾ, ਫਿਰ ਉਹਦੇ ਉੱਪਰ ਹੋਲਜ਼ ਵਾਲੀ ਚਿਕਨ ਆ ਗਈ ਸਾਰੀ, ਫਿਰ ਉਹਦੇ ਉੱਪਰ ਐਮਬਰਾਇਡਰੀ ਆ ਗਈ ਸਾਰੀ, ਫਿਰ ਉਹਦੇ ਉੱਪਰ ਕੁੜਤਾ ਪੱਟੀ ਨੈੱਕ ਆ ਗਿਆ ਸਾਰਾ ਜੀ। ਲਓ ਇਹ ਸਾਰੀ ਕੋਟਨ ਦੀ ਇਸ ਤਰ੍ਹਾਂ ਲੇਸਿਸ ਆ ਗਈਆਂ, ਇਹ ਚਿਕਨਕਾਰੀ ਦੇ ਨਾਲ ਆ ਗਿਆ, ਵਿੱਚ ਵਿੱਚ ਕੋਟੇ ਦਾ ਦੁਪੱਟਾ, ਐਕਸਕਲੂਸਿਵ ਪੀਸ, ਆਈਟਮ ਨੰਬਰ 18, 3450 ਰੁਪਈਏ ਜੀ। ਇਹ ਸਿੰਗਲ ਕਲਰ ਆਇਆ ਹੁਣ ਜੀ, ਕੱਲ੍ਹ ਪੀਸ ਆਏ ਸੀ ਨਿਕਲ ਕੇ, ਅੱਜ ਪਿੰਕ ਆ ਗਿਆ। ਉਹ ਜੀ, ਇੱਕ ਕੰਟਰਾਸਟ ਆਈਟਮ ਆਈ ਹੈ, ਨੇਵੀ ਉੱਤੇ ਬਲੌਕ ਪ੍ਰਿੰਟਿੰਗ ਵੀ ਹੈ, ਐਮਬਰਾਇਡਰੀ ਵੀ ਹੈ, ਰਿਓਨ ਕੋਟਨ ਹੈ ਬੇਟੇ, ਇਹ ਨਹੀਂ 2x2 ਆ ਬੇਟਾ, ਇਹ 2x2 ਕੋਟਨ ਹੈ ਜੀ, ਇਹ ਰੂਬੀ ਮਿਲਦੀ 2x2 ਕੋਟਨ, ਔਰ ਇਹਦੇ ਔਰਗੈਂਜ਼ਾ ਜੋਰਜਟ ਦਾ ਨੀਚੇ ਬਲੌਕ ਪ੍ਰਿੰਟਿੰਗ ਹੈ ਸਾਰਾ ਦਿੱਤਾ ਇਸ ਤਰ੍ਹਾਂ। ਆਹ ਉੱਪਰ ਸਾਰੀ ਐਮਬਰਾਇਡਰੀ ਇਹਦੇ 'ਚ ਨੇਵੀ ਬਲੂ ਕਲਰ ਉੱਤੇ, ਇਹ ਕੁੜਤਾ ਪੱਟੀ ਨੈੱਕ ਆ ਗਿਆ। ਲਓ ਜੀ, ਇਹ ਸਾਰਾ ਪ੍ਰਿੰਟਿੰਗ ਆ ਨੀਚੇ, ਹਲਕੀ ਹਲਕੀ ਐਮਬਰਾਇਡਰੀ ਹੈ, ਦੁਪੱਟਾ ਜੋਰਜਟ ਔਰਗੈਂਜ਼ਾ ਦਾ ਕਰੀਮ ਕਲਰ ਦਾ, ਤੁਹਾਨੂੰ ਥੋੜ੍ਹਾ ਜਿਹਾ ਨਾ ਤਾਂ ਅੱਗੇ ਬ੍ਰਾਈਟ ਲੱਗ ਰਹੇ ਨੇ, ਹੁਣ ਮੇਰੇ ਖਿਆਲ ਠੀਕ ਲੱਗੇਗਾ ਸ਼ਾਇਦ, ਆ ਦੇਖੋ ਨਾ ਉੱਪਰ ਆ ਗਿਆ, ਤੁਹਾਨੂੰ ਠੀਕ ਲੱਗੇਗਾ। ਲਓ, ਇਹ ਨਾਲ ਦੁਪੱਟੇ ਦੇ ਵਿੱਚ ਪੈਚਿੰਗ ਹੈ, ਲੇਸਿਸ ਹੈ, ਬਲੌਕ ਪ੍ਰਿੰਟਿੰਗ ਹੈ, ਨਾਲ ਨਾਲ ਪਰਲ ਦੀ ਲੇਸ ਦਿੱਤੀ ਹੋਈ ਹੈ। ਆਈਟਮ ਨੰਬਰ 19 ਅਤੇ ਪ੍ਰਾਈਜ਼ ਪਏਗਾ 3880 ਰੁਪਈਏ ਜੀ। ਲਓ ਜੀ, ਇੱਕ ਦੋ ਪੀਸ ਹੋਰ ਰਹਿ ਗਏ, ਕੋਟਨ ਦੇ ਉੱਤੇ ਆਈਟਮ ਆਈ ਜੀ ਅਲੀ, ਇਹ ਲਗਜ਼ਰੀ ਕੋਟਨ ਹੈ, ਗਲੇਸ ਕੋਟਨ ਹੁੰਦੀ ਹੈ, 3 ਬੂਟੇ ਬਣੇ ਨੇ ਐਮਬਰਾਇਡਰੀ ਵਾਲੇ, ਆਹ ਨੀਚੇ ਚਿਕਨਕਾਰੀ ਬੇਸ ਆ ਗਿਆ ਸਾਰਾ, ਕਰੀਮ ਕਲਰ ਦੀ ਬੋਟਮ ਹੈ, ਹਲਕੀ ਜਿਹੀ ਲੇਸ ਦਿੱਤੀ ਬਸ ਨੀਚੇ ਉਹਦੇ 'ਚ।
ਅਤੇ ਆਹ ਦੇਖੋ ਨਾਲ ਦੁਪੱਟਾ, ਇਹਦੇ ਦੁਪੱਟਾ ਬਹੁਤ ਪਿਆਰਾ ਜੀ। ਦੁਪੱਟੇ ਦੇ ਸੈਂਟਰ ਦੇ ਵਿੱਚ ਸਾਰਾ ਚਿਕਨਕਾਰੀ ਆ ਗਈ ਵਾਲੀ, ਸਾਈਡਾਂ ਉੱਤੇ ਕੋਟੇ ਦੇ ਦੁਪੱਟੇ 'ਤੇ ਪ੍ਰਿੰਟਿੰਗ ਆ ਗਈ, ਨਾਲ ਨਾਲ ਐਮਬਰਾਇਡਰੀ ਆ ਗਈ। ਐਕਸਕਲੂਸਿਵ ਪੀਸ, ਇੱਕ ਇੱਕ ਪੀਸ ਤੁਹਾਨੂੰ ਛਾਂਟ ਕੇ ਦਿਖਾਈਦਾ ਜੀ। ਆਈਟਮ ਨੰਬਰ 20, ਪ੍ਰਾਈਜ਼ ਪਏਗਾ 3560 ਰੁਪਈਏ ਜੀ। ਲਓ ਜੀ ਲਾਸਟ ਪੀਸ ਤੁਹਾਨੂੰ ਦਿਖਾ ਰਿਹਾ, ਕੋਟਨ ਦੇ ਵਿੱਚ ਆਈਟਮ ਆਈ ਆ, ਕੋਟੇ ਦੇ ਦੁਪੱਟੇ ਨਾਲ। ਲਾਸਟ ਹੀ ਆ ਨਾ ਇਹ, ਠੀਕ ਹੈ ਲਾਸਟ ਹੀ ਹੈ। ਇਹ ਵੀ ਬਲੋਕ ਪ੍ਰਿੰਟਿੰਗ ਹੈ, ਜੈਪੁਰ ਦੀ ਪ੍ਰਿੰਟਿੰਗ ਸਾਰੀ ਜੀ ਇਹ। ਕਮਲ ਨਿੱਜਰ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ ਇਹ ਬਲੋਕ ਪ੍ਰਿੰਟਿੰਗ ਸਾਰੀ ਆਏਗੀ, ਦੇਖੋ ਇਸ ਤਰ੍ਹਾਂ ਜੀ ਲਾਈਨਾਂ ਵਾਲੀ ਬੋਟਮ ਆਏਗੀ, ਨਾਲ ਇਹਦੇ ਪਲਾਜ਼ੋ ਵਗੈਰਾ। ਆ ਉੱਪਰ ਕੁੜਤਾ ਪੱਟੀ ਵਾਸਤੇ ਨੈੱਕ ਦਿੱਤਾ ਸਾਰਾ, ਨੀਚੇ ਤਿੱਲੇ ਦੀ ਐਮਬਰਾਇਡਰੀ ਨਾਲ ਨਾਲ, ਇਹਦੇ 'ਚ ਉੱਪਰ ਬਟਨ ਦਿੱਤੇ ਨੇ ਵੁਡਨ ਦੇ, ਅਤੇ ਨਾਲ ਦੁਪੱਟਾ ਜੀ ਇਹਦੇ ਕੋਟੇ ਦਾ ਨਾਲ ਦੁਪੱਟਾ ਇਹਦੇ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ ਆਈਟਮ ਨੰਬਰ ਅੱਜ ਦੀ ਵੀਡੀਓ ਦੀ 21 'ਤੇ ਪ੍ਰਾਈਜ਼ ਪਏਗਾ 3080 ਰੁਪਈਏ ਜੀ। ਲਓ ਜੀ ਇਹ ਮੈਂ ਤੁਹਾਨੂੰ ਦਿਖਾਇਆ ਅੱਜ ਤਕਰੀਬਨ 21 ਪੀਸ ਸੀਗੇ, ਅਤੇ ਨੰਬਰ ਤੁਸੀਂ ਇੱਕ ਵਾਰੀ ਫੇਰ ਨੋਟ ਕਰੋ ਜੀ, ਇਹ ਸਟੋਰ ਦੇ ਨੰਬਰ ਨੇ, ਤਿੰਨਾਂ ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।